ਇੰਡੀਅਨ ਨੈਸ਼ਨਲ ਲੋਕ ਦਲ ਜੀਆਂ ਇਨਐਲਓ ਨੇ 23 ਫਰਵਰੀ ਨੂੰ SYL ਦੀ ਖੁਦਾਈ ਦਾ ਐਲਾਨ ਕੀਤਾ ਹੈ। ਤੌਥੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਇਨਐਲਓ ਦੇ ਨਾਲ ਨਾਲ ਪੰਜਾਬ ਸਰਕਾਰ ਉੱਤੇ ਵੱਡਾ ਸਿਆਸੀ ਹਮਲਾ ਬੋਲਿਆ। SYL ਦੀ ਖੁਦਾਈ ਦਾ ਐਲਾਨ ਕਰਨ ਵਾਲੀ ਇਨੈਲੋ ਨੂੰ ਮਨੋਹਰ ਸਰਕਾਰ ਦੇ ਮੰਤਰੀ ਅਨਿਲ ਵਿਜ ਨੇ ਨਿਸ਼ਾਨੇ ਤੇ ਲਿਆ। ਇਸ ਮੁੱਦੇ ਤੇ ਉਹਨਾਂ ਨੇ ਇਨੈਲੋ ਦੇ ਨਾਲ ਪੰਜਾਬ ਸਰਕਾਰ ਨੂੰ ਵੀ ਲਪੇਟਿਆ। ਵਿਜ ਦੀ ਮੰਨੀਏ ਤਾਂ ਖੁਦਾਈ ਕਰਨ ਨਾਲ ਇੱਕ ਵੀ ਬੂੰਦ ਪਾਣੀ ਨਸੀਬ ਨਹੀਂ ਹੋਵੇਗਾ। ਉਹਨਾਂ ਨੇ ਇਨੈਲੋ ਅਤੇ ਪੰਜਾਬ ਸਰਕਾਰ ਤੇ ਜਨਤਾ ਨੂੰ ਗੁੰਮਰਾਹ ਕਰਨ ਦਾ ਲਗਾਇਆ। ਉਧਰ ਅਭੈ ਚੌਟਾਲਾ ਨੇ ਬੀਜੇਪੀ ਨੂੰ ਨਸੀਹਤ ਦਿੱਤੀ ਤਾਂ ਸਾਬਕਾ ਸੀਐਮ ਭੁਪਿੰਦਰ ਹੁੱਡਾ ਨੇ ਵੀ ਬੀਜੇਪੀ ਨੂੰ ਹੀ ਘੇਰਿਆ ਤੇ ਹਰਿਆਣਾ ਸਰਕਾਰ ਦੀ ਨੀਅਤ ਤੇ ਸਵਾਲ ਚੁੱਕੇ। ਸਿੱਕੇ ਕੇ ਦੋ ਪਹਿਲੂ ਹੈ, ਇਹ ਸਿਰਫ ਸੀਨ ਬਣਾਉਣ ਕੇ ਲੀਏ, ਇੱਕ ਅੱਛਾ ਸ਼ਾਟ ਬਣਾਉਣ ਕੇ ਲੀਏ, ਇੱਕ ਅੱਛੀ ਫੋਟੋ ਸੈਸ਼ਨ ਬਣਾਉਣ ਕੇ ਲੀਏ ਇਸ ਪ੍ਰਕਾਰ ਕੇ ਕਰਤੱਵ ਕੀਏ ਜਾ ਰਹੇ ਹੈ। ਕਿਸੇ ਨੇ ਨਹਿਰ ਕੋਈ ਨਹਿਰ ਖੁਦਨੇ ਸੇ ਪਾਣੀ ਆਉਣੇ ਵਾਲਾ ਥੋੜ੍ਹਾ ਹੈ, ਇੱਕ ਬੂੰਦ ਵੀ ਪਾਣੀ ਆਉਣੇ ਵਾਲਾ ਨਹੀਂ ਹੈ, ਕੇਵਲ ਲੋਕਾਂ ਕੋ ਗੁੰਮਰਾਹ ਕਰਕੇ ਲੋਕਾਂ ਕੀ ਭਾਵਨਾ ਸੇ ਖਿਲਵਾੜ ਕੀਆ ਜਾ ਰਹਾ ਹੈ। ਪੰਜਾਬ ਕੇ ਰਾਜਨੀਤਿਕ ਦਲੋਂ ਨੇ ਫਿਰ ਸੇ ਕਹੀਂ ਨਾ ਕਹੀਂ SYL ਨਹਿਰ ਕੀ ਖੁਦਾਈ ਨਾ ਹੋ ਸਕੇ ਉਸਮੇ ਰੁਕਾਵਟੇ ਪੈਦਾ ਕਰਨੇ ਕੇ ਲੀਏ ਆਪਣੀ ਤਰਫ ਸੇ ਪੂਰਾ ਪ੍ਰਯਾਸ ਕੀਏ, ਲੇਕਿਨ ਹਮ ਆਪਣਾ ਅਧਿਕਾਰ ਮੰਗ ਰਹੇ ਹਾਂ, ਹਮ ਕਿਸੀ ਸੇ ਭੀਖ ਔਰ ਖੈਰਾਤ ਨਹੀਂ ਮੰਗ ਰਹੇ। ਅਭੈ ਚੌਟਾਲਾ ਦਾ ਕਹਿਣਾ ਹੈ ਕਿ SYL ਦਾ ਮੁੱਦਾ ਸੂਬੇ ਦੇ ਹਿੱਤ ਨਾਲ ਜੁੜਿਆ, ਇਸ ਲਈ ਸਾਰੇ ਸਿਆਸੀ ਦਲਾਂ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਇਕੱਠੇ ਹੋਣਾ ਚਾਹੀਦਾ ਤੇ ਇੱਕ ਵਾਰ ਮੁੜ ਤੋਂ SYL ਦੇ ਮੁੱਦੇ ਨੂੰ ਲੈ ਕੇ ਦੋਹਾਂ ਸੂਬਿਆਂ ਦੀ ਸਿਆਸਤ ਭੱਗ ਗਈ ਹੈ। ਸਿਰਸਾ ਤੋਂ ਵਿਜੇ ਕੁਮਾਰ ਦੇ ਨਾਲ ਅਮਨ ਕਪੂਰ, ਜ਼ੀ ਮੀਡੀਆ, ਅੰਬਾਲਾ।